ਇਹ ਹੁਣ ਮੇਰੇ ਹੋਰ ਤਾਂ ਵੀ ਬਾਕੀ ਗੱਲ ਹੈ ਦੁੱਧ ਲੈ ਪਾਣੀ ਪੀ ਲੈ ਲੈ ਹੁਣ ਇੰਨਾ ਹੀ ਤੇਰਾ ਬੰਨ ਬੰਦਰਾ ਤੇਰਾ ਕਿੰਨਾ ਹੋ ਗਿਆ ਪਤਾ ਸਾਰਾ ਲੈ ਗਿਆ ਤੂੰ ਆ ਤੇਰਾ ਦੁੱਧ ਹੀ ਪਿਆਦਾ ਸਮਝ ਲਾ ਤੂੰ ਪਾਣੀ ਕਾਹਦਾ ਪਿਆਦਾ ਦੁੱਧ ਪਿਆਦਾ ਰੋਟੀ ਖਾਇਆ ਕਬੱਡੀ ਪਾਉਣ ਵਾਲੇ ਤੱਕ ਭਾਈ ਗੱਲ ਮੈਨੂੰ ਕਿਹਨੂੰ ਰਹਿ ਗਿਆ ਤੇ ਪੁਲਿਸ ਵਿੱਚ ਭਰਤੀ ਹੋ ਗਈ ਟੈਕ ਭਾਈ ਦਾ ਨਾਮ ਆ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਬਟਰਾ
ਪਿੰਡ ਦਾ ਨਿਸ਼ੀ ਕਿਉਂਕਿ ਉਹਦੇ ਪਿੰਡ ਦਾ ਤਾਂ ਇਹ ਚੀਜ਼ ਨਹੀਂ ਆ ਰਹੀ ਕਿਉਂਕਿ ਹੁਣ ਅਸੀਂ ਖੁੱਲੇ ਪੜਾ ਰਹੇ ਹਾਂ ਆਮ ਹੀ ਲੈਣਾ ਤੁਸੀਂ ਸਾਰਾ ਵਾਲੇ ਭੇਟ ਦੇਖਦੇ ਕਿਉਂਕਿ ਸਾਡੀ ਕਮੇਟੀ ਦਾ ਫੈਸਲਾ ਵਗੈਰਾ ਪੋਸਟਰ ਤੇ ਲਿਖਿਆ ਕੋਈ ਵੀ ਫੈਸਲਾ ਮੰਗ ਕੇ ਲਿਆ ਜਾ ਸਕਦਾ ਤੇ ਸਾਡੇ ਕਮੇਟੀ ਖਿਡਾਰੀ ਵਾਲਾ ਪੋਸਟਰ ਪੜ੍ਹ ਲਿਆ ਕਰੋ ਸਾਡੀ ਬੇਨਤੀ ਹੈ ਖਿਡਾਰੀਆਂ ਦੀ ਜਦੋਂ ਵਕੀਲ ਕਰਨੀ ਹੁੰਦੀ ਹੈ ਪੁਸ਼ਟੀ ਕਰਨੀ ਹੁੰਦੀ ਹੈ ਹਰ ਬਾਰ ਰਾਸ਼ੀ ਇਹ ਵੀ ਨਹੀਂ ਜਾਂਦੀ ਹੈ ਕਬੱਡੀ ਦੇ ਮੈਦਾਨ ਵਿੱਚ ਜਾਂਦੇ ਸੇਵੀ ਸੇਵੀ ਰਵਿਆ ਰਵਾਲ ਦੀ ਛੋੜਾ ਹੁੰਦਾ ਆਪਣੀ ਟੀਮ ਦੇ ਲਈ ਹੁੰਦਾ ਹੈ ਤਾਂ ਵੀ ਰਹਿ ਜਾਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਵੀ ਖਾਤਾ ਹੋਇਆ ਲੰਕਾ ਕਾਹੀ ਦੀ ਕਬੱਡੀ ਪੈ ਲਈ ਹੈ ਔਰ ਤੇਰੇ ਆਪੀ ਸਾਹਮਣੇ ਚੈੱਕ ਭਾਈ ਕਹਿੰਦੇ ਆ ਚੈੱਕ ਭਾਈ ਦਾ ਬੜਾ ਰਵਾਇਆ ਤੋਂ ਕਿਸੇ ਦੇ ਕਮਾਲ ਕਰਦਾ ਹੈ ਕਮਾਲ ਦੀ ਗੱਲ ਕਰਦਾ ਜ਼ਿੰਦਗੀ ਨੂੰ ਉਸ ਕੰਮ ਨੇ ਕਰਵਾਉਣੀ ਕਿ ਉਹਨੇ ਜਿਸ ਕੰਮ ਦੇ ਬੰਦੇ ਸਦੇ ਹੁੰਦੇ ਕੌਣ ਪੁੱਛਦਾ ਕਿ ਜਿਹੜਾ ਦੇ ਕਾਮਾਂ ਨੂੰ ਰੰਦ ਪਿੰਨੇ ਵਿੱਚ ਸੇਵ ਹੁੰਦੇ ਸਿੱਟੀ ਦਾ ਨਿਆਰੇ ਕੋਈ ਲੱਖ ਹੋ ਜਾਏ ਜਦ ਤੱਕ ਨਾਲੇ ਸ਼ੁਰੂ ਦੇ ਦੇ ਹੋਣੀ ਸਿੱਟੀ ਦੇ ਥੱਲੇ ਰੱਖਾ ਉੱਚਾ ਕਰ ਲੈ ਬਹਿ ਕੇ ਕਰ ਲਈ ਬਾਕੀ ਮਿਲ ਗਏ ਸੇਵ ਕਰਦੇ ਨੇ ਕਬੱਡੀ ਦੇ ਬਰਾਦਾ ਵਿੱਚ ਜਿਹਨਾਂ ਮਿਹਨਤਾਂ ਲਾਈ ਨੇ ਕਬੱਡੀ ਦੇ ਸਟਾਰ ਉਹੀ ਬਣਦੇ ਆ ਜਿਹੜੇ ਗੋਇੰਦਾ ਦੀਆਂ ਬਾਹਰ ਚੱਲਦੇ ਆ ਮੇਰੇ ਵੀ ਲੋਕ ਦਰਸ਼ਾ ਕਰਦੇ ਕਬੱਡੀ ਦੇ ਵਿੱਚ ਕੀ ਲਾਉਂਦੇ ਆ ਬਸ ਸੇਤੀ ਬਹੁਤੀ ਸੋਹਣਾ ਕਬੱਡੀ ਵੀ ਦੇ ਕਿਸੇ ਨੂੰ ਲਾਉਂਦਾ ਹੈ ਮੁੰਡਾ ਸੋਹਣਾ ਜਿਹਾ ਕਬੱਡੀ ਦਾ ਬਾਅਦ ਵੀ ਤੇ ਪਿੱਤੇ ਵੀ ਜੋ ਵੀ ਮੁੰਡਾ ਹੈ ਤੇ ਪਿੱਤੇ ਵੀ ਜੋ ਵੀ ਮੁੰਡਾ ਹੈ ਬਾਕੀ ਸ਼ੀਰ ਦੇ ਕੋਈ ਮੁੰਡਾ ਜੋ ਹੁੰਦਾ ਹੈ ਮੁੰਡੇ ਦੀ ਗੱਲ ਮੇਰੇ ਵੀ ਹੋਦੇ ਮੁੰਡਾ ਜੋ ਹੁੰਦਾ ਮੇਰਾ ਤਾਂ ਮੁੰਡਾ ਹੈ ਕਿਉਂਕਿ ਇਹ ਵੀ ਮੁੰਡਾ ਮੁੰਡਾ ਨਹੀਂ ਕਿਉਂਕਿ ਕਬੱਡੀ ਦੇ ਮਨਾਨਾ ਵਿੱਚ ਆ ਰਿਹਾ ਹੈ ਔਰ ਕਬੱਡੀ ਦੇ ਬਲਾਨ ਵਿੱਚ ਕੱਪੜੇ ਲਾ ਕੇ ਰੋਣ ਕੋਈ ਖਾਣਾ ਜਿਹਾ ਵੜਾ ਨਹੀਂ ਕਿਉਂਕਿ ਦਿਲ ਤੱਕ ਤੱਕ ਵੈਦਾ ਮੇਰੀ ਵੀ ਜਦੋਂ ਖੋਦੀ ਹੁੰਦੀ ਜਿਹੜੇ ਦੇ ਵਿੱਚ ਕਬੱਡੀ ਪੈਂਦੀ ਹੈ ਆਹੋ ਸਾਹਮਣੇ ਚੱਕ ਭਾਈ ਦਾ ਵਾਲੇ ਨੇ ਗਿੱਟੇ ਗਾਇਜ ਕੀਤੇ ਔਰ ਨਾਲੇ ਕਰਾਵਾ ਭਰ ਲੈ ਔਰ ਕੇਤੀ ਮਾਰ ਦਿੱਤੀ ਹੈ ਮਾਰ ਸੋਹਣੇ ਕੇਤੀ ਰੇਟ ਸੁਕਾ ਜਾਵੇ ਰੇ ਮਾਰ ਸੋਹਣੇ ਕੇਤੀ ਰੇਟ ਸੁਕਾ ਜਾਵੇ ਔਰ ਕੀ ਹੁਸੈਨ ਵਾਲਾ ਮਾਰ ਜਾਂਦਾ ਆਪਣੇ ਨਗਰ ਦੇ ਵਿੱਚ ਰੌਣਕ ਲਾ ਰਿਹਾ 13 14 ਔਰ 15 ਇੱਕ ਦੋ ਘਰ ਮੇਰੇ ਗਏ ਸਾਡੇ ਦੇ ਕਬੱਡੀ ਟੂਰਨਾਮੈਂਟ ਦੀ ਹੈ ਔਰ ਨਾਲ ਹੀ ਸਾਡੇ ਵੀ ਆਪਣਾ ਗੁਹਾਟੀ ਪਿੰਡਾਂ ਤੋਂ ਹੋਰ ਦਾ ਕਬੱਡੀ ਕੱਪ 12 13 14 ਤਰੀਕ ਨੂੰ ਹੋਰ ਦੀ ਕਬੱਡੀ ਕੱਪ ਦੀ ਲਗਾ ਹੋ ਗਈ ਹੈ ਜਿੱਥੇ ਕਲਾਰੀ ਕੱਟੇ ਦੀ ਗੱਲ ਹੋਣੀ ਔਰ ਮੋਟਰ ਸਾਈਕਲ ਹੋਣਾ ਹੈ ਉਧਰ ਤਾਂ ਵੀ ਤੋਂ ਪੰਜਾਬੀ ਦੇ ਰਹੋ 12 13 14 ਤਰੀਕ ਨੂੰ ਹੋਰ ਦੀ ਕਬੱਡੀ ਕੱਪ ਦੀ ਹਾਂਜੀ ਅਸੀਂ ਬੇਨਤੀ ਕਰਦੇ ਹਾਂ ਵੀ ਅੰਦਰ ਗਲੋ ਵਾਲੇ ਖਿਡਾਰੀਆਂ ਨੂੰ ਜਿੰਨੇ ਵੀ ਟੀਮਾਂ ਲਗਭਗ ਦੇ ਪਹੁੰਚਣਾ ਉਹ ਛੇਤੀ ਛੇਤੀ ਐਂਟਰ ਕਰਾ ਦੇਣਾ ਜੇ ਉਹ ਬਾਅਦ ਸਭ ਕਹਿੰਦੇ ਸਾਡੀ ਟੀਮ ਐਂਟਰ ਕਰੋ ਟੀਮਾਂ ਦੇ ਐਂਟਰ ਨਹੀਂ ਕਰ ਸਕਦੇ ਥੱਲੇ ਲਾ ਲਈ ਕੈਮਰਾ ਤੇ ਬੇਨਤੀ ਹੈ ਕਿ ਅੰਦਰ ਗਲੋ ਵਾਲੇ ਜਿੰਨੇ ਵੀ ਟੀਮਾਂ ਲਗਭਗ ਦੇ ਐਂਟਰ ਕਰਾਓ ਮਿਊਟ ਕਰਨ ਲੱਗਿਆ ਵਧੀਆ ਰਹਿੰਦਾ ਠੀਕ ਨਹੀਂ ਤਾਂ ਕਿ ਕਬੱਡੀ ਫੋਨ ਹੋਵੇ ਇੱਕ ਕਾਲੀ ਸਾਈ ਕਹਿਣ ਦਾ ਕਰਦਾ ਸੀ ਬਲਵਿੰਦਰ ਫਿਲੋ ਕੋ ਰਾਤ ਲੰਮੀ ਮਾਰੀ ਦਾ ਨਾਲ ਖੋਤੇ ਖੇਤੇ ਕਰ ਕਰ ਕਾਲੀ ਸਾਈ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜੀ ਬੋਲਦਾ ਜੀ ਖਾਲੀ ਅੱਤੇ ਦੇ ਮਿਹਮਾਨ ਨਾਲ ਪਿੱਛੇ ਬੋਲਦਾ ਜੀ ਅੱਜ ਖਾਲੀ ਜਮੇ ਹਰਜੀਤ ਬਾੜਾ ਦੀ ਅੱਖੇ ਦੇ ਦਾ ਨਾਮ ਕਬੱਡੀ ਖੁਦ ਸਰਦਾਰਾਂ ਦੀ ਖੇਡ ਦੇ ਨਾਮ ਕਬੱਡੀ ਖੁਦ ਸਰਦਾਰਾਂ ਦਾ ਕਬੱਡੀ ਭਾਈ ਉਹ ਵੀ ਸੇਵੀ ਜੋ ਇਹਨਾਂ ਕਬੱਡੀ ਭਾਈ ਦਾ ਹੱਥੋਂ ਵਾਲ ਦੀ ਉਹ ਸੇਵੀ ਹੈ ਬਾਕੀ ਸੋਹਣਾ ਭਾਗੀ ਉਹ ਵੀ ਹਰ ਨਵੀਂ ਦੇ ਸ਼ੇਵੀ ਚੱਕ ਭਾਈ ਦਾ ਬੜਾ ਤਾਲਾ ਬੋਲਦਾ ਹੈ ਕਬੱਡੀ ਦੇ ਨਾਮ ਵਿੱਚ ਔਰ ਚਾਰ ਆਫੀ ਹੈ ਔਰ ਸਾਡਾ ਵੀ ਦਰਜੀਤ ਜਿਵੇਂ ਜਿਵੇਂ ਖਿਡਾਰੀ ਭਾਈ ਦੇ ਦੂਸਰੇ ਤੋਂ ਭੱਜ ਕੇ ਨਾਲ ਖਰਸ ਦੇ ਗੱਲੇ ਆਏ ਔਰ ਨਾਲ ਹੀ ਪੰਜਾਬ ਬਹੁਤ ਬਹੁਤ ਫਾਮਲ ਹੈ ਕਦੇ ਕਦੇ ਰੇਡਾ ਜਿਹੜੇ ਦੇਸਾਂ ਦਾ ਕਿਤਾ ਹੈ ਔਰ ਮੇਰੀ ਵੀ ਸ਼ੇਵੀ ਹਾਲ ਸੁਣਦੇ ਹੈ ਮੈਂ ਸਵਾਲ ਹੁੰਦਾ ਹੈ ਆਦੀ ਸੁਣੀ ਪਾਣੀ ਨੂੰ ਛੜਨਾ ਵੀ ਕਰਾਂਗਾ ਕਬੱਡੀ ਦੇ ਮੈਦਾਨ ਵਿੱਚ ਤੁਸੀਂ ਵੀ ਕਿਹੜੀ ਟੀਮ ਵਿੱਚ ਪਾਣੀ ਨੂੰ ਕਰਕੇ ਚੈੱਕ ਭਾਈ ਕਹਿੰਦੀ ਟੀਮ ਨਾਲ ਨੂੰ ਮੈਚ ਵਿੱਚ ਦਾ ਚੈੱਕ ਭਾਈ ਔਰ ਆਪਾਂ ਨਾਲ ਹੀ ਪਾਣੀ ਦਾ ਛੜਨਾ ਵੀ ਕਰਨਾ ਕਿਉਂਕਿ ਗਰਾਊਂਡ ਤੋਂ ਕਾਫੀ ਦੱਬ ਚੁੱਕਿਆ ਹੈ
ਅਗਲੀਆਂ ਟੀਮਾਂ ਬਾਹਰ ਬਦਮਾਸ਼ੀ ਹੋਈ ਔਰ ਉਹਦੇ ਤਿਆਰੀ ਕਰ ਰਹੇ ਹਨ ਵੀਰ ਰਾਹੁਲ ਕਲਿਆਣ ਬੈਠ ਹੈ।